ਤੇ ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਔਰ ਵਿਚਾਰ ਵਟਾਂਦਰਾ ਅਸੀਂ ਕਰ ਰਹੇ ਹਾਂ। ਜਿਹੜੀ ਖਬਰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਸੀਗੇ ਡੋਪ ਟੈਸਟ ਦੀ, ਡੋਪ ਟੈਸਟ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਭੁਚਾਲ ਆਇਆ ਹੋਇਆ, ਆਰੋਪ ਪ੍ਰਤੀਰੋਪ ਦੀ ਰਾਜਨੀਤੀ ਸ਼ੁਰੂ ਹੋਈ ਹੈ। ਹੁਣ ਹੋਪ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਕਿ ਉਹ ਡੋਪ ਲਿਆ ਕੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ, ਡੋਪ ਟੈਸਟ ਕਰਵਾ ਕੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਖਤਮ ਕਰਨਗੇ। ਕੀ ਇਹ ਵਾਕਈ ਹੋਪ ਹੈ ਕਿ ਇਹ ਸਿਰਫ ਇੱਕ ਜੁਮਲਾ ਹੈ? ਕਿਉਂਕਿ ਪੰਜਾਬ ਦੇ ਵਿੱਚ ਔਰ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜੁਮਲਿਆਂ ਦੀ ਬਹੁਤ ਜਿਹੜਾ ਮੀਂਹ ਹੈ ਉਹ ਇਸ ਅਸੀਂ ਸਿਆਸਤਦਾਨਾਂ ਦੇ ਵਿੱਚ ਵੇਖਦੇ ਹਾਂ ਕਿ ਮੀਂਹ ਬਹੁਤ ਪੈਂਦਾ ਜੁਮਲਿਆਂ ਦਾ। ਕਿ ਇਹ ਸਿਰਫ ਆਈ ਵੋਸ਼ ਹੈ ਕਿ ਵਾਕਈ ਇਹ ਲਾਜ਼ਮੀ ਔਰ ਵਾਕਈ ਇਸ ਤੋਂ ਕੁਛ ਨਾ ਕੁਛ ਪੰਜਾਬ ਦੇ ਵਿੱਚ ਫਰਕ ਪਏਗਾ? ਕਾਲਸ ਮੈਨੂੰ ਆ ਰਹੀ ਹੈ, ਮੈਂ ਵੇਖ ਪਾ ਰਿਹਾ, ਮੈਂ ਲੈ ਰਿਹਾ ਤੁਹਾਡੀ ਕਾਲ, ਲੇਕਿਨ ਸਾਨੂੰ ਮੇਲ ਵੀ ਕੱਲ੍ਹ ਆਈ ਸੀਗੀ, ਕਈ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਨੇ ਸਾਨੂੰ ਲਿਖਿਆ ਵੀ ਸੀਗਾ, ਅਤੇ ਇੱਕ ਅੱਧੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਨ੍ਹਾਂ ਨੇ ਕੱਲ੍ਹ ਸਾਨੂੰ ਲਿਖਿਆ ਸੀ ਇਸ ਮੁਤੱਲਕ, ਕਿਉਂਕਿ ਅਸੀਂ ਲਗਾਤਾਰ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਹੋਇਆ ਔਰ ਅੱਜ ਅਸੀਂ ਤੁਹਾਨੂੰ ਪ੍ਰਤੀਕਿਰਿਆ ਵੀ ਸੁਣਾਈਆਂ ਉਹਨਾਂ ਸਾਰੇ ਸਿਆਸਤਦਾਨਾਂ ਨੇ ਜਿਨ੍ਹਾਂ ਨੇ ਸਾਨੂੰ ਇਸ ਬਾਰੇ ਆਪਣੇ ਗੱਲ ਕਹੀ। ਮਨਜੀਤ ਸਿੰਘ ਜੀ ਲਿਖਦੇ ਨੇ ਲੰਡਨ ਤੋਂ ਕਿ ਸੁਖਬੀਰ ਦੀ ਜਲਬਸ ਦੀ ਫੁਕਰੀ ਵਾਂਗ ਕੈਪਟਨ ਦੀ ਡੋਪ ਟੈਸਟ ਦੀ, ਕੈਪਟਨ ਵੀ ਡੋਪ ਟੈਸਟ ਦੀ ਫੁਕਰੀ ਮਾਰ ਬੈਠਾ। ਜਲਬਸ ਦਾ ਲੋਕਾਂ 'ਤੇ ਬੋਝ 9 ਕਰੋੜ ਦਾ ਪਿਆ ਸੀ, ਡੋਪ ਟੈਸਟ ਦਾ ਬੋਝ 60 ਕਰੋੜ ਦਾ ਪਵੇਗਾ, ਜਦੋਂ ਕਿ ਡੋਪ ਟੈਸਟ ਨਾਲ ਕੱਖ ਨਹੀਂ ਹੋਣਾ, ਸਿਰਫ ਅਸਲ ਮੁੱਦੇ ਤੋਂ ਭਟਕਾਉਣ ਲਈ ਇਹ ਸ਼ੋਸ਼ਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਹ ਸ਼ੋਸ਼ੇ ਬੰਦ ਕਰਕੇ ਨਸ਼ੇ ਬੰਦ ਕਰਨ ਵੱਲ ਧਿਆਨ ਦੇਵੇ ਅਤੇ ਨਸ਼ੇ ਬੰਦ ਕਰਨ ਲਈ ਅਸਲ ਹੱਲ ਵਰਤੇ। ਅਤੇ ਲੱਗਦਾ ਕਿ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਵਿਊਅਰਸ ਵੱਲੋਂ। ਕਾਲਸ ਮੈਨੂੰ ਆਉਣੀਆਂ ਸ਼ੁਰੂ ਹੋ ਰਹੀਆਂ ਔਰ ਬਹੁਤ ਕਾਲਸ ਆ ਰਹੀਆਂ, ਮੈਂ ਇੱਕ ਇੱਕ ਕਰਕੇ ਤੁਹਾਡੇ ਸਾਰਿਆਂ ਦਾ ਜਵਾਬ ਜ਼ਰੂਰ ਲਵਾਂਗਾ। ਮੈਂ ਤੁਹਾਨੂੰ ਕਿਊ ਦੇ ਵਿੱਚ ਪਾਇਆ ਹੋਇਆ, ਆਪਣੇ ਫੋਨ 'ਚ ਨੂੰ ਨਾ ਕੱਟਿਓ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਸਰ, ਮੈਂ ਸੰਜੋ ਬੋਲਿਆ। ਮੇਰੀ ਅੱਜ ਗੱਲ ਤੁਸੀਂ ਦੋਵੇਂ ਦਿਓ, ਧਿਆਨ ਨਾਲ ਸੁਣਿਓ। ਜੀ ਜੀ, ਕਮਿਊਨਿਟੀ ਤੋਂ ਬਣਿਆ ਪ੍ਰੈਜ਼ੀਡੈਂਟ ਤੇ ਰਾਜੇ ਉਹ ਅਮਨ ਕਰਦੇ ਸੀ। ਹੈਲੋ, ਸਾਰੇ ਕਹਿੰਦੇ ਸ਼ਹਿਨਸ਼ਾਹ ਬਣ ਗਏ, ਸਾਰੇ ਸ਼ਹਿਨਸ਼ਾਹ, ਉਹਨਾਂ ਫੈਮਿਲੀ ਮੈਂਬਰ ਤੋਂ ਯਾਰ ਦੋ ਸਾਰੇ ਇਸ ਟਾਈਮ ਨੂੰ ਤੰਗ ਕੀ ਥੀ ਦੇ ਔਰ ਡਰਗ ਡੀਲਰਸ। ਹੈਲੋ, ਲੱਗਦਾ ਹੈ ਫੋਨ ਡਿਸਕਨੈਕਟ ਹੋ ਗਿਆ, ਮੈਨੂੰ ਦੂਜੇ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਕਹਿਣਾ ਚਾਹੁੰਦਾ ਜੀ, ਤੁਸੀਂ ਬਹੁਤ ਵਧੀਆ ਮੁੱਦਾ ਕੱਢਿਆ। ਪਹਿਲੀ ਗੱਲ ਤਾਂ ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲਾਊਂਗਾ। ਜੀ ਜੀ, ਇੱਕ ਗੱਲ ਇਹ ਆਪਾਂ ਇੱਦਾਂ ਲਿਖਦੇ ਹੋ ਕਿ ਹੁਣ ਤੁਸੀਂ ਸ਼ੁਰੂ ਕੀਤੀ ਮੁਹਿੰਮ, ਤਾਂ ਇਹਨੂੰ ਆਪਾਂ ਜਿੰਨੀ ਦੇਰ ਨਸ਼ਾ ਮੁਕਤ ਪੰਜਾਬ, ਤੇ ਮੈਂ ਤਾਂ ਕਹੂੰਗਾ ਸਾਰੀ ਦੁਨੀਆ ਖਤਮ ਨਹੀਂ ਹੁੰਦੀ, ਇਸ ਮੁਹਿੰਮ ਨੂੰ ਬੰਦ ਨਾ ਕਰਿਓ। ਜੀ ਜੀ, ਦੂਸਰੀ ਗੱਲ ਆਪਣੀ ਪੋਲੀਟੀਕਲ ਪਾਰਟੀਆਂ ਸਪੈਸ਼ਲੀ ਤਿੰਨੇ, ਇਹਨਾਂ ਨੂੰ ਕਹੋ ਇਸ ਚੀਜ਼ ਨੂੰ ਪੋਲੀਟੀਕਲੀ ਮੁੱਦਾ ਨਾ ਬਣਾਓ, ਇਹ ਇੱਕ ਨੈਸ਼ਨਲ ਪ੍ਰੋਬਲਮ ਹੈ, ਇਹ ਸਾਰੀ ਹੈਲਪ ਕਰੋ। ਏਦਾਂ ਨਹੀਂ ਕਿ ਜੇ ਚੋਣਾਂ ਤੋਂ ਆਉਣੀਆਂ ਤਾਂ ਜ਼ਿਆਦਾ ਭਾਜੀ ਇਹਨੇ ਤਾਂ ਚੁੱਪ ਕਰ ਦੋ ਜਿੱਦਾਂ ਕਿ ਗੌਰਮੈਂਟ ਨੇ ਕੀਤਾ। ਸੋ ਇਸ ਤਰ੍ਹਾਂ, ਤੇ ਤੀਜੀ ਇੱਕ ਹੋਰ ਗੱਲ ਕਿ ਇਹ ਜਿਹੜੀ ਪ੍ਰੋਬਲਮ ਹੈ ਨਾ ਡਰੱਗ ਦੀ, ਇਹ ਪੰਜਾਬ ਦੇ ਨਾਲ ਨਾਲ ਇੰਗਲੈਂਡ, ਕੈਨੇਡਾ ਤੇ ਅਮੈਰੀਕਾ 'ਚ ਵੀ ਹੈਗੀ ਆ। ਸੋ ਇਹ ਜਿਹੜੀ ਵੀ ਕਿਸੇ ਤੁਸੀਂ ਫਾਈਨਲਾਈਜ਼ ਕਰੋਗੇ ਨਾ, ਇਹ ਇੱਥੇ ਦੇ ਵੀ ਪ੍ਰਾਈਮ ਮਿਨਿਸਟਰ ਤੇ ਹੈਲਥ ਮਿਨਿਸਟਰ ਨੂੰ ਲਿਖਿਓ ਕਿ ਸੇਮ ਹੀ ਉਹਦੀ ਆਪਾਂ ਕਾਪੀਆਂ ਭੇਜਣੇ ਆ ਕਿ ਆਹ ਆਈਡੀਏਜ਼ ਆ ਤੇ ਉਹਦੇ ਕਿੰਨੇ ਬੈਡ ਆ ਇਹ ਸਾਰੇ ਲੋਕਾਂ ਨਾਲ ਹੋ ਰਹੀ। ਹੋ ਸਕਦਾ ਆਪਾਂ ਜੇ ਅਗਰ ਇੰਗਲੈਂਡ, ਕੈਨੇਡਾ, ਅਮੈਰੀਕਾ 'ਚ ਵੀ ਖਤਮ ਸ਼ੁਰੂ, ਮਤਲਬ ਇਹ ਚੀਜ਼ ਨੂੰ ਖਤਮ ਕਰ ਦਈਏ, ਆਪਾਂ ਪੰਜਾਬ ਨੂੰ ਵੀ ਦਿਖਾ ਸਕਦੇ ਕਿ ਦੇਖੋ ਅਸੀਂ ਕਰ ਦਿੱਤੀ, ਤੁਸੀਂ ਵੀ ਕਰੋ ਬਈ। ਜਾਣਾ ਚਾਹਾਂਗਾ ਜਿਹੜੇ ਸਾਡੇ ਇੱਥੇ ਨੌਜਵਾਨ ਨੇ, ਖਾਸ ਤੌਰ ਤੇ ਸਾਡੇ ਸਾਡੇ ਜਿਹੜੇ ਇੰਡੀਅਨਸ ਨੇ, ਕਿ ਇੰਨਾ ਨਸ਼ਾ ਹੈਗਾ ਯੂਕੇ ਦੇ ਵਿੱਚ ਵੀ? ਦੇਖੋ ਜੀ, ਸ਼ਾਇਦ ਉਹਨਾਂ ਨੇ, ਪਰ ਕਾਫੀ ਜ਼ਿਆਦਾ ਆ। ਜੀ ਜੀ ਜੀ, ਇਹਨਾਂ ਨੂੰ ਵੀ ਆਪਾਂ ਅੱਖਾਂ ਨਹੀਂ ਮੀਟ ਸਕਦੇ, ਇਹਦੇ ਲਈ ਵੀ ਕਾਫੀ ਲੋੜ ਹੈ। ਯੰਗਸਟਰਾਂ ਵਿੱਚ ਕਾਫੀ ਆ, ਮੈਂ ਪਤਾ ਕਰਦਾ ਇਹਨਾਂ ਮੁੰਡਿਆਂ ਤੋਂ, ਕੁੜੀਆਂ ਤੋਂ ਵੀ, ਕਿ ਕਿੰਨੇ ਕੁ ਪਰਸੈਂਟੇਜ ਨਸ਼ਾ ਹੈਗਾ, ਔਰ ਸਰੀਰ ਵਿੱਚ ਤਾਂ ਇਹ ਪ੍ਰੋਬਲਮ ਕਾਫੀ ਉੱਭਰ ਕੇ ਆਈ ਆ। ਹਾਂਜੀ, ਤੇ ਇਹ ਹੈ ਸਹੀ ਪ੍ਰੋਬਲਮ, ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਹੈਗੀ ਆ ਪ੍ਰੋਬਲਮ ਇੱਥੇ ਵੀ, ਬਹੁਤ ਵੱਡੀ ਪ੍ਰੋਬਲਮ ਹੈ, ਇੱਦਾਂ ਇਕੱਲੀ ਪ੍ਰੋਬਲਮ ਹੈਗੀ, ਇੱਥੇ ਆਪਣੇ ਵੱਡੇ ਮਾਰ ਰਿਹਾ। ਅੱਛਾ ਅੱਛਾ, ਹਾਂਜੀ ਜੀ, ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਕਾਪੀ ਇੱਥੇ ਵੀ ਜ਼ਰੂਰ ਭੇਜੀ ਜਾਏ ਔਰ ਇਸ ਮੁਤਲਕ ਜਵਾਬ ਜ਼ਰੂਰ ਮੰਗਿਆ ਜਾਏ। ਜੀ, ਇਹ ਤਿੰਨ ਦੇਸ਼ ਆਪਣੇ ਜ਼ਿਆਦਾ ਪਾਪੂਲੇਸ਼ਨ ਹੈ, ਇੰਗਲੈਂਡ, ਕੈਨੇਡਾ, ਅਮੈਰੀਕਾ, ਤਿੰਨਾਂ ਨੂੰ ਭੇਜੋ, ਤੇ ਆਪਾਂ ਸਾਰੇ, ਇਹ ਵੀ ਸਾਡੇ ਬੱਚੇ ਆ, ਸਾਡੇ
ਆਪਾਂ ਹੀ ਆ ਇੱਥੇ ਵੀ ਸਭ ਤੋਂ ਵਧੇ ਹਾਂਜੀ ਸੋ ਬਹੁਤ ਬਹੁਤ ਮਤਲਬ ਤੁਹਾਡਾ ਬਹੁਤ ਵਧੀਆ ਮੈਂ ਬਹੁਤ ਖੁਸ਼ ਹਾਂ ਤੁਹਾਡੇ ਤੋਂ ਮਿਲਦਾ ਥੈਂਕ ਯੂ ਵੈਰੀ ਮੱਚ ਜੀ ਐਪਰੀਸ਼ੀਏਟ ਸਰ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਉਹਨਾਂ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਅੱਜ ਤੁਸੀਂ ਮਾਲਵੇ ਚੱਲ ਜਾਓ ਜਿੱਥੇ ਮਰਜ਼ੀ ਚਾਹੇ ਸਰਦਾਰ ਆ ਚਾਹੇ ਮੋਨਾ ਵਾ ਜੇਬ ਚ ਪੜ੍ਹਿਆ ਲਿਖਿਆ ਵਿਜ਼ਿਟਿੰਗ ਕਾਰਡ ਜੇਬ ਚ ਹੈਗੇ ਆ ਉਹ ਭੁੱਖੀ ਲਾਉਂਦੇ ਆ ਉਹਨਾਂ ਦੇ ਆਪਣੇ ਕੋਡ ਵਰਡ ਹੈਗਾ ਕਿੰਨੇ ਕਾਰਡ ਲਾਏ ਹੋਏ ਅੱਜ ਉਹ ਕਾਰਡ ਭਰ ਕੇ ਮੂੰਹ ਚ ਪਾਉਂਦੇ ਆ ਤੇ ਉੱਥੇ ਚਾਹ ਪੀਂਦੇ ਆ ਤੇ ਉਹਨੂੰ ਕਹਿੰਦੇ ਇਹ ਕਾਰਡ ਲਾਏ ਅੱਛਾ ਇਹ ਬਹੁਤ ਕਾਮਨ ਗੱਲ ਹੈਗੀ ਆ ਤੇ ਬਠਿੰਡੇ ਦੇ ਏਰੀਆ ਦੇ ਵਿੱਚ ਜਿੰਨੀ ਮਰਜ਼ੀ ਫੀਮ ਲਾ ਲਓ ਸ਼ਰੇਆਮ ਉਹ ਨਾ ਆ ਜਿਹੜੇ ਦੂਜੇ ਚਿੱਟੇ ਚੁੱਟੇ ਘੱਟ ਵਰਤਦੇ ਆ ਬਠਿੰਡੇ ਵੱਲ ਇਹ ਇੱਧਰ ਜਲੰਧਰ ਹੁਸ਼ਿਆਰਪੁਰ ਵੱਲ ਇੱਧਰ ਬਹੁਤ ਆਇਆ ਹੋਇਆ ਚਿੱਟਾ ਜਿਹੜਾ ਲੁਧਿਆਣੇ ਬਹੁਤ ਆਇਆ ਹੋਇਆ ਅੱਛਾ ਜੀ ਬਹੁਤ ਮੌਤਾਂ ਹੁੰਦੀਆਂ ਇਹਦੇ ਨਾਲ ਇਹਨਾਂ ਨੇ ਗੈਂਗਾਂ ਬਣਾਈਆਂ ਹੋਈਆਂ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਹੀ ਨਸ਼ਾ ਵੇਚਦੇ ਆ ਚਾਕੂ ਛੁਰੀਆਂ ਆਮ ਮਾਰਦੇ ਆ ਉਹ ਜਿਹੜਾ ਉਹਨਾਂ ਨੂੰ ਰੋਕਦਾ ਸ਼ਰੋਣ ਵਾਲੇ ਵੀ ਉਹੀ ਆ ਥਾਣੇ ਦੇ ਵਿੱਚ ਜਿਹੜਾ ਕੋਈ ਲੈ ਜਾਂਦਾ ਉਹ ਘੰਟੇ ਬਾਅਦ ਛੁੱਟ ਕੇ ਵੀ ਆ ਜਾਂਦਾ ਬਹੁਤ ਲੋੜ ਹੈ ਪਹਿਲੇ ਇਹਨਾਂ ਦੇ ਉੱਤੇ ਨਕੇਲ ਕਸਦੇ ਇਹ ਗਲਤ ਹੈ ਸਾਰਾ ਕੁਝ ਜਿਹੜਾ ਡੋਕ ਸਿਸਟਮ ਨਾਲ ਚਲਾਇਆ ਹੋਇਆ ਗਲਤ ਹੈ ਬਿਲਕੁਲ ਇਹਦੇ ਨਾਲ ਪੁਲਿਸ ਵਾਲਿਆਂ ਨੂੰ ਪ੍ਰਮੋਸ਼ਨ ਦੇਣੀ ਸ਼ੁਰੂ ਕਰ ਦੇਣਾ ਵੀ ਇੰਸਪੈਕਟਰ ਆ ਜਿਹੜਾ ਸਪਾਈ ਆ ਇਹਨੂੰ ਹੌਲਦਾਰ ਬਣਾ ਦੇਵਾਂਗੇ ਹੌਲਦਾਰ ਨੂੰ ਇੰਸਪੈਕਟਰ ਬਣਾ ਦੇਵਾਂਗੇ ਉਹਦੇ ਨਾਲ ਚਾਂਸ ਹੈਗੇ ਅੱਜ ਫੜੇ ਹੋਣ ਦੇ ਅੱਛਾ ਤੇ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਜਿਵੇਂ ਅਸੀਂ ਹੁਣ US ਦੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੀਏ ਤੇ ਇੱਥੇ ਜੇਕਰ ਤੁਹਾਨੂੰ ਨੌਕਰੀ ਪਾਣੀ ਹੈ ਕੋਈ ਵੀ ਸਰਕਾਰੀ ਨੌਕਰੀ ਪਾਣੀ ਹੈ ਤੇ ਡੋਪ ਟੈਸਟ ਕਰਵਾਉਣਾ ਲਾਜ਼ਮੀ ਹੈ ਇੱਥੇ ਤੁਹਾਨੂੰ ਲੱਗਦਾ ਇਹ ਪੰਜਾਬ ਦੇ ਵਿੱਚ ਸਰਕਾਰੀ ਅਫਸਰਾਂ ਦੇ ਉੱਤੇ ਕਰਨਾ ਜ਼ਰੂਰੀ ਹੈ ਜਾਂ ਪੁਲਿਸ ਅਫਸਰ ਹੋਣ ਜਾਂ ਫਿਰ ਉਹ ਸਰਕਾਰੀ ਮੁਲਾਜ਼ਮ ਹੋਣ ਕਿਸੇ ਦੇ ਵੀ ਕਰਨਾ ਜ਼ਰੂਰੀ ਨਹੀਂ ਹਰ ਬੰਦਾ ਨਸ਼ਾ ਪਾਣੀ ਪੀਂਦਾ ਉੱਥੇ ਜੀ ਹਰ ਬੰਦਾ ਜੀ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਉਹ ਜਿਹਨੇ ਵੀ ਸ਼ਾਮ ਨੂੰ ਕੁਛ ਨਾ ਕੁਛ ਕਰਨਾ ਜ਼ਰੂਰ ਉਹਨਾਂ ਨੇ ਤੇ ਡੋਪ ਟੈਸਟ ਤੇ ਪਤਾ ਕਰੇਗਾ ਨਾ ਕਿ ਡਰੱਗ ਟੈਸਟ ਤੇ ਪਤਾ ਕਰ ਦੇਗਾ ਕਿ ਨਸ਼ਾ ਕੀਤਾ ਕਿ ਨਹੀਂ ਕੀਤਾ ਤਾਂ ਕਿ ਅਗਰ ਪਤਾ ਚੱਲੇ ਤਾਂ ਉਹਨੂੰ ਸਸਪੈਂਡ ਕੀਤਾ ਜਾ ਸਕੇ ਡੋਪ ਟੈਸਟ ਕਰਨਾ ਕਿਹਨੇ ਆ ਹਾਂ ਡੋਪ ਟੈਸਟ ਇਹ ਵੀ ਪਤਾ ਹੋਣਾ ਚਾਹੀਦਾ ਨਾ ਡੋਪ ਟੈਸਟ ਕਰਨਾ ਕਿਹਨੇ ਇਹ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਜੀ ਕਰਨਾ ਕਿਹਨੇ ਆ ਜੀ 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 ਉਹਨਾਂ ਨੇ ਕਰਨਾ ਕਿ ਜਿਨ੍ਹਾਂ ਨੇ ਸਿਰਫ ਉਹਨਾਂ ਨੇ ਕਰਨਾ ਕਿ ਜਿਨ੍ਹਾਂ ਨੇ ਪੋਜ਼ਿਟਿਵ ਦਿਖਾਉਣਾ ਹੈ ਕਿ ਉਹਨਾਂ ਨੇ ਕਰਨਾ ਜਿਨ੍ਹਾਂ ਨੇ ਨੈਗੇਟਿਵ ਦਿਖਾਉਣਾ ਇਹ ਵੀ ਇੱਕ ਵੱਡਾ ਸਵਾਲ ਹੈ ਆਪਣੇ ਆਪ 'ਚ ਵੱਡਾ ਸਵਾਲ ਇਹ ਹੈ ਨਾ ਕਰਨਾ ਕਿਹਨੇ ਆ ਜੀ 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 ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਹਾਂਜੀ ਭਾਜੀ ਲੰਡਨ ਤੋਂ ਬੋਲ ਰਹੇ ਹਾਂ ਜੀ ਕੀ ਕਹਿਣਾ ਚਾਹੋਗੇ ਹਾਂਜੀ ਭਾਜੀ ਮੈਂ ਕਹਿਣਾ ਚਾਹੁੰਦਾ ਸੀ ਜਿਹੜੀ ਤੁਸੀਂ ਲਾਈਵ ਹੋ ਉਸ ਟਾਈਮ ਜੀ ਬਿਲਕੁਲ ਲਾਈਵ ਹਾਂ ਜੀ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਸੀ ਭਾਜੀ ਹੁਣ ਤਾਂ ਜਿਹੜਾ ਸਿੱਖ ਆ ਸਿੱਖ ਦੇ ਖਿਲਾਫ਼ ਹੋ ਚੁੱਕਿਆ ਪੰਜਾਬ ਦੇ ਵਿੱਚ ਵੀ ਨਾ ਜੀ ਆਪਣਾ ਸਿੱਖ ਬੰਦਾ ਹੀ ਆਪਣੇ ਬੰਦਿਆਂ ਨੂੰ ਬਰਬਾਦ ਕਰ ਰਿਹਾ ਸਿੱਖ ਕੌਮ ਨੂੰ ਨਾ ਜੀ ਜੀ ਹਨਾ ਹਾਂ ਤਾਂ ਹੋਰ ਕੋਈ ਤਾਂ ਨਸ਼ਾ ਸਪਲਾਈ ਨੀ ਕਰ ਰਿਹਾ ਨਾ ਪੰਜਾਬ ਵਿੱਚ ਸਿੱਖ ਬੰਦਾ ਹੀ ਸਪਲਾਈ ਕਰ ਰਿਹਾ ਨਾ ਜੀ 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 ਹਾਂਜੀ ਹਾਂਜੀ ਆਪਣੇ ਸਿੱਖ ਬੰਦਾ ਸਿੱਖ ਨੂੰ ਵੀ ਮਾਰਨੇ ਤੁਲਿਆ ਬੇਟਾ ਫਿਰ ਕੀ ਹੋਏਗਾ ਮੈਨੂੰ ਸਮਝ ਨਹੀਂ ਆ ਰਿਹਾ ਨਾ ਜੀ 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 ਹਾਂਜੀ 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 ਬਿਲਕੁਲ ਜ਼ਰੂਰੀ ਹੈ ਕਿ ਜੀ ਪਹਿਲੇ ਆਪਣੇ ਆਪਣੇ ਗਰਬਾਨ ਦੇ ਵਿੱਚ ਆਪਣਾ ਹੀ ਬੰਦਾ ਆਪਣਾ ਹੀ ਬੰਦਾ ਨਸ਼ਾ ਵੇਚ ਰਿਹਾ ਪੰਜਾਬ ਵਿੱਚ ਟੋਟਲ ਪੰਜਾਬ ਦੇ ਵਿੱਚ ਆਪਣਾ ਹੀ ਬੰਦਾ ਨਸ਼ਾ ਵੇਚ ਰਿਹਾ ਆਪਣਾ ਬੰਦੇ ਆਪਸ ਚ ਬੋਲਦੇ ਨਹੀਂ ਆਪਸ ਚ ਲੜੀ ਜਾ ਰਹੇ ਨਾ ਆਪਣਾ ਹੀ ਬੰਦਾ ਮਾਰ ਰਿਹਾ ਕੋਈ ਹੋਰ ਦੂਸਰਾ ਬੰਦਾ ਆ ਕੇ ਨਸ਼ਾ ਸਪਲਾਈ ਨਹੀਂ ਕਰ ਰਿਹਾ ਨਾ ਉੱਥੇ ਨਾ ਹਾਂਜੀ ਹਾਂਜੀ ਸਾਰਾ ਮਹਿਕਮਾ ਵਿਕਿਆ ਹੋਇਆ ਇਹ ਚ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਕੁਛ ਹੱਲ ਨਹੀਂ ਹੋਣੇ ਵਾਲਾ ਜੀ ਜਿੱਕਣ ਬਹੁਤ ਬੁਰਾ ਹਾਲ ਹੈ ਪੰਜਾਬ ਦਾ ਬਿਲਕੁਲ ਸਹੀ ਗੱਲ ਹੈ ਜੀ ਮੇਰੇ ਕੋਲ ਨਾ ਇੱਕ ਐਗਜ਼ਾਮਪਲ ਵੀ ਹੈ ਇਹਨਾਂ ਦੀ ਗੱਲ ਤੋਂ ਮੈਨੂੰ ਇੱਕ ਗੱਲ ਚੇਤੇ ਆਈ ਹੈ ਇਸ ਟਾਈਮ ਕਿ ਇਹ ਕਹਿ ਰਹੇ ਨੇ ਕਿ ਪਹਿਲੇ ਤਾਂ ਜ਼ਿੰਮੇਵਾਰੀ ਬਣਦੀ ਹੈ ਖੁਦ ਆਪ ਸਰਕਾਰਾਂ ਦੀ ਔਰ ਸਰਕਾਰ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਸ਼ਾਮਿਲ ਨੇ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਔਰ ਆਪਣੇ ਹੀ ਨਸ਼ਾ ਵੇਚ ਰਹੇ ਨੇ ਜਾਂ ਫਿਰ ਆਪਣੇ ਹੀ ਨਸ਼ਾ ਕਰ ਰਹੇ ਨੇ ਜਾਂ ਫਿਰ ਆਪਣੇ ਹੀ ਡਰੱਗ ਸਮਗਲਿੰਗ ਕਰ ਰਹੇ ਨੇ ਲੇਕਿਨ ਤੁਸੀਂ ਵੇਖਿਆ ਹੋਣਾ ਹੈ ਪਿਛਲੇ 2-3 ਸਾਲਾਂ ਤੋਂ
ਜੇਕਰ ਤੁਸੀਂ ਕਿਸੇ ਦੇ ਉੱਤੇ ਆਰੋਪ ਲਗਾਉਂਦੇ ਹੋ ਪੰਜਾਬ ਦੇ ਵਿੱਚ, ਉਹ ਆਰੋਪ ਜਦ ਤੁਹਾਡੇ ਕੋਲ ਸਬੂਤ ਹੈ ਜਾਂ ਨਹੀਂ ਵੀ ਹੈ ਲੇਕਿਨ ਤੁਹਾਨੂੰ ਪਤਾ ਹੈ ਕਿ ਇਹ ਬੰਦਾ ਇਸ ਦੇ ਵਿੱਚ ਸ਼ਾਮਿਲ ਹੈ, ਇੱਕ ਮਿੰਟ ਲਾਉਂਦੇ ਆ ਤੁਹਾਡੇ ਉੱਤੇ ਮਾਣਹਾਨੀ ਦਾ ਕੇਸ ਲਾਉਣ ਲਈ, ਔਰ ਦੂਜੇ ਪਲ ਤੁਹਾਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਪੈਂਦਾ। ਉਹ ਮਾਣਹਾਨੀ ਇਸ ਕਰਕੇ ਹੈ ਕਿ ਤੁਸੀਂ ਜੇਕਰ ਉਸਦਾ ਨਾਂ ਲੈ ਰਹੇ ਹੋ ਤਾਂ ਤੁਹਾਡੇ ਕੋਲ ਸਬੂਤ ਹੋਣਾ ਚਾਹੀਦਾ ਕਿ ਹਾਂ ਉਹਨੂੰ ਪਰੂਫ ਕਰੋ ਕਿ ਹਾਂ ਇਹ ਨਸ਼ਾ ਵੇਚਦਾ। ਹਾਲ ਫਿਲਹਾਲ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜੇਕਰ ਮੈਂ ਬਿਕਰਮ ਮਜੀਠੀਆ ਦੀ ਗੱਲ ਕਰਾਂ ਔਰ ਕੇਜਰੀਵਾਲ ਦੀ ਗੱਲ ਕਰਾਂ ਤਾਂ ਕੇਜਰੀਵਾਲ ਨੇ ਆਉਣ ਤੋਂ ਪਹਿਲਾਂ ਇਹ ਹਮੇਸ਼ਾ ਪੰਜਾਬ ਦੇ ਵਸਨੀਕਾਂ ਨੂੰ ਵੋਟਾਂ ਤੋਂ ਪਹਿਲਾਂ ਕਿਹਾ ਕਿ ਸਭ ਤੋਂ ਵੱਡਾ ਮਗਰਮੱਛ ਬਿਕਰਮ ਮਜੀਠੀਆ ਹੈ। ਔਰ ਜਦ ਇਹ ਬਿਆਨ ਉਹਨਾਂ ਨੇ ਦਿੱਤਾ ਆਪਣੇ ਵੋਟਾਂ ਤੋਂ ਪਹਿਲਾਂ ਕਿ ਮੈਂ ਜਿਵੇਂ ਹੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਏਗੀ ਤਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਮਗਰਮੱਛਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਸੁੱਟਾਂਗੇ। ਲੇਕਿਨ ਬਿਕਰਮ ਮਜੀਠੀਆ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਸਬੂਤ ਹੈ, ਕੋਰਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ, ਮਾਣਹਾਨੀ ਦਾ ਕੇਸ ਹੋਇਆ। ਔਰ ਉਸ ਤੋਂ ਬਾਅਦ ਜਦ ਦੁੱਖ ਸਾਰੇ ਪੰਜਾਬ ਨੂੰ ਹੋਇਆ ਔਰ ਦੁੱਖ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਹੋਇਆ ਜਦ ਕੇਜਰੀਵਾਲ ਨੇ ਮਾਫੀ ਮੰਗੀ, ਤਾਂ ਲੱਗਦਾ ਕਿ ਆਰੋਪ ਇੱਕ ਦੂਜੇ ਦੇ ਉੱਤੇ ਲਾਉਣਾ ਪੰਜਾਬ ਦੇ ਸਿਆਸਤਦਾਨਾਂ ਦੀ ਹੁਣ ਨਵਾਂ ਖਾਣਾ ਬਣ ਗਿਆ ਕਿ ਜਿਵੇਂ ਰੋਜ਼ਾਨਾ ਅਸੀਂ ਖਾਣਾ ਖਾਂਦੇ ਹਾਂ ਜਾਂ ਫਿਰ ਅਸੀਂ ਚਾਹ ਪੀਂਦੇ ਹਾਂ, ਤਾਂ ਲੱਗਦਾ ਕਿ ਉਹ ਇੱਕ ਤਰੀਕੇ ਦੀ ਚਾਹ ਹੈ ਉਹਨਾਂ ਦੇ ਲਈ ਕਿ ਅੱਜ ਦੇ ਉੱਤੇ ਆਰੋਪ ਲਾ ਦਿਉ ਔਰ ਕੱਲ੍ਹ ਉਹਨੂੰ ਕੋਰਟ ਦੇ ਵਿੱਚ ਘਸੀਟ ਲਓ। ਅਤੇ ਇਸ ਤੋਂ ਮੈਨੂੰ ਲੱਗਦਾ ਕਿ ਨਿਪਟਾਰਾ ਨਹੀਂ ਹੋਏਗਾ ਜੇਕਰ ਇੱਕ ਔਥੈਂਟਿਸਿਟੀ ਨਾਲ ਅਗਰ ਅਸੀਂ ਨਸ਼ਾ ਮੁਕਤ ਪੰਜਾਬ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਜ਼ਮੀਨੀ ਪੱਧਰ 'ਤੇ ਜਾ ਕੇ ਕੰਮ ਕਰਨਾ ਪਏਗਾ। ਔਰ ਜ਼ਮੀਨੀ ਪੱਧਰ 'ਤੇ ਕੰਮ ਕਿਵੇਂ ਹੋ ਸਕਦਾ ਕਿ ਹੈਲਥ ਡਿਪਾਰਟਮੈਂਟ ਦੇ ਉੱਤੇ ਪ੍ਰੈਸ਼ਰ ਪਾਉਣਾ ਪਏਗਾ, ਜਿਹੜੇ ਸਰਕਾਰੀ ਮੁਲਾਜ਼ਮ ਨੇ ਜੋ ਕਿ ਇਸ ਖਾਸ ਤੌਰ 'ਤੇ ਇਸ ਮੁਹਿੰਮ ਦੇ ਨਾਲ ਜੁੜੇ ਹੋਏ ਨੇ ਜੋ ਕਿ ਨਸ਼ੇ ਦੀ ਜੇਕਰ ਗੱਲ ਕਰੀਏ ਉਹ ਡਿਪਾਰਟਮੈਂਟ ਨੂੰ ਵੇਖਦੇ ਨੇ, ਅਤੇ ਉਹਨਾਂ ਦੇ ਉੱਤੇ ਇੱਕ ਪ੍ਰੈਸ਼ਰ ਕ੍ਰੀਏਟ ਕਰਨਾ ਪਏਗਾ। ਔਰ ਜਿੱਥੇ ਕਿਸੇ ਨੇ ਸਟੈਂਡ ਲਿਆ ਉਹਦੇ ਨਾਲ ਮੋਢਾ ਦੇ ਨਾਲ ਮੋਢਾ ਮਿਲਾ ਕੇ ਚੱਲਣਾ ਪਏਗਾ। ਮੈਨੂੰ ਲੱਗਦਾ ਕਿੱਥੇ ਨਾ ਕਿੱਥੇ ਇਸ ਦਾ ਨਿਪਟਾਰਾ ਤਾਂ ਹੋ ਸਕਦਾ। ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਲੈਟਰ ਅਸੀਂ ਲਿਖੇ ਹੁਣ ਹੈਲਥ ਡਿਪਾਰਟਮੈਂਟ ਨੂੰ ਭੇਜਾਂਗੇ, ਜਸ ਬ੍ਰੋਡਕਾਸਟਿੰਗ ਦੀ ਟੀਮ ਲਗਾਤਾਰ ਇਸ ਮੁਹਿੰਮ ਦੇ ਵਿੱਚ ਜੁੜੀ ਹੋਈ ਹੈ ਕਿ ਨਸ਼ਾ ਮੁਕਤ ਪੰਜਾਬ ਅਸੀਂ ਵੀ ਵੇਖਣਾ ਚਾਹੁੰਦੇ ਹਾਂ ਔਰ ਅਸੀਂ ਆਪਣੀ ਤਰਫੋਂ ਬਿਲਕੁਲ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਇਸ ਮੁਹਿੰਮ ਦੇ ਵਿੱਚ, ਤੁਸੀਂ ਚਾਹੁੰਦੇ ਹੋ ਕਿ ਯੂ ਵਾਂਟ ਟੂ ਬੀ ਅ ਵਾਲੰਟੀਅਰ ਇਨ ਦਿਸ ਯੂ ਨੋ ਈਸ਼ੂ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਸਾਡੇ ਨਾਲ ਜੁੜੋ, ਅਤੇ ਹੇਠ ਲਿਖੀ ਈਮੇਲ ਆਈਡੀ ਦੇ ਉੱਤੇ ਤੁਸੀਂ ਸਾਨੂੰ ਆਪਣਾ ਫੋਨ ਨੰਬਰ, ਆਪਣਾ ਨਾਂ ਭੇਜ ਸਕਦੇ ਹੋ, ਅਸੀਂ ਤੁਹਾਨੂੰ ਰਿਵਰਟ ਬੈਕ ਕਰਾਂਗੇ। harkirat@justbroadcasting.com info@justbroadcasting.com ਦੇ ਉੱਤੇ ਤੁਸੀਂ ਮੇਲ ਕਰਕੇ ਆਪਣਾ ਨਾਮ ਅਤੇ ਆਪਣਾ ਟੈਲੀਫੋਨ ਨੰਬਰ ਸਾਨੂੰ ਭੇਜ ਦੇਵੋ ਤਾਂ ਕਿ ਅਸੀਂ ਤੁਹਾਨੂੰ ਰਿਵਰਟ ਬੈਕ ਕਰਕੇ ਇਸ ਮੁਹਿੰਮ ਦੇ ਨਾਲ ਜੋੜ ਸਕੀਏ। ਸਾਡੀ ਮੁਹਿੰਮ ਹੈ ਕਿ ਜਿਹੜੀ ਲੀਗਲ ਗੱਲਾਂ ਨੇ ਉਸ ਦੇ ਉੱਤੇ ਪੈਰਾ ਦੇਈਏ ਔਰ ਜੋ ਚੀਜ਼ ਹੋ ਸਕਦੀ ਹੈ ਉਸ ਦੇ ਉੱਤੇ ਪੈਰਾ ਦੇਈਏ, ਕਿਉਂਕਿ ਅਸੀਂ ਜਦ ਕੱਲ੍ਹ ਡੋਪ ਟੈਸਟ ਦੀ ਖਬਰ ਨੂੰ ਉਠਾਇਆ ਇਸ ਮੁੱਦੇ ਨੂੰ ਕੱਲ੍ਹ ਜਦ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਤਾਂ ਤੁਸੀਂ ਆਪਣੇ ਆਪ ਵੇਖਿਆ ਕਿ ਕਿਸ ਤਰੀਕੇ ਦਾ ਭੁਚਾਲ ਜਿਹੜਾ ਉਹ ਪੰਜਾਬ ਦੇ ਵਿੱਚ ਮਚਿਆ। ਔਰ ਉਸ ਤੋਂ ਬਾਅਦ ਸਾਡੀ ਟੀਮ ਜੁੜ ਗਈ ਇਸ ਮੁਹਿੰਮ ਦੇ ਵਿੱਚ ਔਰ ਲਗਾਤਾਰ ਜਿਹੜਾ ਪ੍ਰੈਸ਼ਰ ਹੈ ਉਹ ਕ੍ਰੀਏਟ ਕਰਨਾ ਇਹਨਾਂ ਸਿਆਸਤਦਾਨਾਂ ਦੇ ਉੱਤੇ ਸ਼ੁਰੂ ਕੀਤਾ, ਜਿਹਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਵੀ ਜਿਹੜਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਆਖਿਰਕਾਰ ਇਹਦੇ ਨਤੀਜੇ ਆਏ ਕੀ ਨੇ। ਜੇਕਰ ਨਤੀਜਾ ਹੁਣ ਇਸ ਖਬਰ ਦੇ ਮੁਤਲਕ ਪੋਜ਼ਿਟਿਵ ਆਉਂਦਾ ਜਾਂ ਫਿਰ ਨੈਗੇਟਿਵ ਆਉਂਦਾ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ, ਲੇਕਿਨ ਹਾਲ ਫਿਲਹਾਲ ਦੇ ਵਿੱਚ ਸਿਆਸਤਦਾਨ ਜਿਹੜੇ ਨੇ ਉਹ ਕੀ ਕਹਿ ਰਹੇ ਨੇ ਕਿ ਡੋਪ ਟੈਸਟ ਕਰਾਓ ਤਾਂ ਕਿ ਪੋਜ਼ਿਟਿਵ ਬਾਰੇ ਪਤਾ ਚੱਲ ਸਕੇ ਔਰ ਨੈਗੇਟਿਵ ਬਾਰੇ ਪਤਾ ਚੱਲ ਸਕੇ। ਲੇਕਿਨ ਜਦ ਤ੍ਰਿਪਤ ਰਾਜਿੰਦਰ ਬਾਜਵਾ ਨੇ ਚੁਣੌਤੀ, ਅਮਨ ਅਰੋੜਾ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ, ਜਦ ਉਹਨਾਂ ਨੇ ਚੁਣੌਤੀ ਦਿੱਤੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ, ਤਾਂ ਉਹ ਵੀ ਡਰੈਕਟ ਅਰੈਸਟ ਕਰਾਉਣ ਲਈ ਪਹੁੰਚੇ, ਲੇਕਿਨ ਕਿਸੇ ਸਿਹਤ ਉਹਨਾਂ ਨੂੰ ਹੈਲਥ ਇਸ਼ੂਜ਼ ਕੋਈ ਉਹਨਾਂ ਨੂੰ ਪ੍ਰੋਬਲਮ ਸੀਗੀ ਜਿਸ ਕਰਕੇ ਉਹਨਾਂ ਦਾ ਜਿਹੜਾ ਡੋਪ ਟੈਸਟ ਨਹੀਂ ਹੋ ਪਾਇਆ। ਲੇਕਿਨ ਉਸ ਤੋਂ ਬਾਅਦ ਜਿਹੜਾ ਜਿਹੜੀ ਸਿਆਸਤ ਹੈ ਉਹ ਜ਼ਰੂਰ ਸ਼ੁਰੂ ਹੋ ਗਈ ਡੋਪ ਟੈਸਟ ਨੂੰ ਲੈ ਕੇ, ਅਤੇ ਵਿਰੋਧੀ ਧਿਰ ਨੇ ਕਹਿਣਾ ਸ਼ੁਰੂ ਕਰਤਾ ਕਿ ਇਹ ਸਿਰਫ ਇੱਕ ਆਈ ਵਾਸ਼ ਹੈ, ਇਸ ਤੋਂ ਕੁਛ ਨਹੀਂ ਹੋਣਾ। ਲੇਕਿਨ ਮੈਂ ਇਹਨਾਂ ਸਿਆਸਤਦਾਨਾਂ ਤੋਂ ਸਵਾਲ ਪੁੱਛਦਾ, ਅੱਜ ਤੁਸੀਂ ਪੰਜਾਬ ਦੇ ਵਿੱਚ ਚੋਣਾਂ ਕਰਾ ਲਵੋ, ਅੱਜ ਪੰਜਾਬ ਦੇ ਵਿੱਚ ਐਲਾਨ ਕਰ ਦਿਓ ਕਿ ਪਰਸੋਂ ਚੋਣਾਂ ਹੈਗੀਆਂ, ਇਹ ਮੁੱਦੇ ਤੁਸੀਂ ਪੱਖੋਗੇ, ਸੈਂਟੀਮੈਂਟਸ ਨਾਲ ਲੋਕਾਂ ਦੇ ਖੇਲੋਗੇ ਔਰ ਨਤੀਜੇ ਕੁਛ ਨਹੀਂ ਆਉਣਗੇ। ਜਿਸ ਹਾਲਾਤਾਂ ਦੇ ਵਿੱਚ ਪੰਜਾਬ ਸੀਗਾ ਔਰ ਜਿਸ ਹਾਲਾਤਾਂ ਦੇ ਵਿੱਚ ਪੰਜਾਬ ਤੁਸੀਂ ਅੱਜ ਛੱਡ ਕੇ ਆਇਓ, ਮੈਨੂੰ ਤਾਂ ਇਹ ਲੱਗਦਾ ਸਿਰਫ ਪੱਗਾਂ ਦੇ ਜਿਹੜੇ ਨੇ ਰੰਗ ਬਦਲੇ ਨੇ ਔਰ ਜਿਹੜੇ
ਝੰਡਿਆਂ ਦੇ ਜਿਹੜੇ ਰੰਗ ਨੇ ਉਹ ਬਦਲੇ ਨੇ, ਲੇਕਿਨ ਅਗਰ ਨਹੀਂ ਬਦਲੇ ਤਾਂ ਅਜੇ ਤੱਕ ਪੰਜਾਬ ਦੇ ਕੋਈ ਹਾਲਾਤ ਨਹੀਂ ਬਦਲੇ। ਸਿਰਫ ਚਾਰੋਂ ਪਾਸੇ ਚਾਰੋਂ ਗਲਿਆਰਿਆਂ ਦੇ ਵਿੱਚ ਇੱਕ ਇਹੀ ਆਵਾਜ਼ ਆਉਂਦੀ ਹੈ ਕਿ ਸਾਨੂੰ ਨਸ਼ਾ ਮੁਕਤ ਪੰਜਾਬ ਤਾਂ ਚਾਹੀਦਾ, ਲੇਕਿਨ ਨਸ਼ਾ ਮੁਕਤ ਪੰਜਾਬ ਦੇ ਲਈ ਰੋਡ ਮੈਪ ਕੀ ਹੈ ਇਹਨਾਂ ਸਿਆਸਤਦਾਨਾਂ ਦੇ ਕੋਲ? ਕੀ ਕੋਈ ਰੋਡ ਮੈਪ ਇਹਨਾਂ ਦੇ ਕੋਲ ਤਿਆਰ ਹੈ? ਅਗਰ ਹੈ ਤਾਂ ਫਿਰ ਤੁਸੀਂ ਪਬਲਿਕ ਦੇ ਸਾਹਮਣੇ ਕਿਉਂ ਨਹੀਂ ਲੈ ਕੇ ਆਉਂਦੇ? ਅੱਜ ਕਿਸੇ ਜ਼ਿਲ੍ਹੇ ਦੇ ਵਿੱਚ, ਅੱਜ ਕਿਸੇ ਹਲਕੇ ਦੇ ਵਿੱਚ, ਕਿਸੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਤੁਸੀਂ ਇੱਕ ਡਰੱਗ ਪੈਡਲਰ ਨੂੰ ਫੜ ਕੇ ਪੁਲਿਸ ਜਿਹੜੀ ਹੈ ਉਹ ਮੀਡੀਆ ਦੇ ਸਾਹਮਣੇ ਲਿਆਉਂਦੀ ਹੈ, ਦੇਖੋ ਅੱਜ ਅਸੀਂ ਫਲਾਣਾ ਟਿਮਕਾਣਾ ਇਸ ਪੈਡਲਰ ਨੂੰ ਫੜਿਆ ਇੰਨੀ ਹੀਰੋਇਨ ਦੇ ਨਾਲ, ਇੰਨੀ ਅਫੀਮ ਦੇ ਨਾਲ, ਜਾਂ ਫਿਰ ਇੰਨੀ ਅਸੀਂ ਇਹਦੇ ਕੋਲ ਚੂਰਾ ਪੋਸਟ ਫੜਿਆ, ਲੇਕਿਨ ਆਖਿਰਕਾਰ ਤੁਸੀਂ ਫੜਿਆ ਤਾਂ ਹੈ, ਇਹ ਹੈ ਕੌਣ, ਇਹਦੀ ਬੈਕਗਰਾਊਂਡ ਹਿਸਟਰੀ ਕੀ ਹੈ, ਕੀ ਇਹ ਤੁਹਾਡਾ ਹੀ ਕੋਈ ਆਪਦਾ ਬੰਦਾ ਤਾਂ ਨਹੀਂ ਹੈਗਾ? ਜੇਕਰ ਆਪਦਾ ਬੰਦਾ ਨਹੀਂ ਹੈਗਾ ਤਾਂ ਫਿਰ ਤੁਸੀਂ ਜਿਹੜਾ ਇਹ ਡਰੱਗ ਟੇਬਲ ਦੇ ਉੱਤੇ ਇਹਨਾਂ ਫੈਲਾਇਆ ਹੋਇਆ ਅਤੇ ਇਹਨੂੰ ਪਬਲਿਕ ਦੇ ਸਾਹਮਣੇ ਹੀ ਖਤਮ ਕਰੋ, ਤਾਂ ਕਿ ਪਤਾ ਚੱਲੇ ਕਿ ਠੀਕ ਹੈ ਇਹ ਜਿਹੜਾ ਫੜਿਆ ਸੀਗਾ ਇਹ ਤਾਂ ਚਲੋ ਹੁਣ ਖਤਮ ਹੋ ਗਿਆ। ਉਸਨੂੰ ਤੁਸੀਂ ਮਾਲਖਾਨੇ ਦੇ ਵਿੱਚ ਲਾ ਕੇ ਬੰਦ ਕਰ ਦਿੰਦੇ ਹੋ, ਮਾਲਖਾਨੇ ਤੋਂ ਕਿੱਥੇ ਜਾਂਦਾ ਉਹ ਵੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ, ਔਰ ਜੇਕਰ ਕੋਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਉਹਦੇ 'ਤੇ ਪਰਚਾ ਕਰ ਦਿੰਦੇ ਹੋ। ਅਤੇ ਜਿਹੜਾ ਧੱਕਾ ਲਗਾਤਾਰ ਪੰਜਾਬ ਦੇ ਵਿੱਚ ਕਈ ਸਾਲਾਂ ਤੋਂ ਚੱਲਦਾ ਆ ਰਿਹਾ, ਮੈਨੂੰ ਲੱਗਦਾ ਉਹਨਾਂ ਦੇ ਵਿੱਚ ਹਜੇ ਤੱਕ ਕੋਈ ਸੁਧਾਰ ਨਹੀਂ ਹੋਇਆ। ਜੇਕਰ ਸੁਧਾਰ ਚਾਹੀਦਾ ਤਾਂ ਸਾਨੂੰ ਚਾਹੀਦਾ ਕਿ ਅਸੀਂ ਪ੍ਰੈਸ਼ਰ ਕ੍ਰੀਏਟ ਜ਼ਰੂਰ ਕਰੀਏ, ਤਾਂ ਕਿ ਇਹਨਾਂ ਦੇ ਉੱਤੇ ਪ੍ਰੈਸ਼ਰ ਇੰਨਾ ਕੁ ਕ੍ਰੀਏਟ ਹੋ ਜਾਏ ਕਿ ਇਹ ਮਜਬੂਰ ਹੋ ਜਾਣ ਕਿ ਨਹੀਂ ਸਾਡੇ ਉੱਤੇ ਹੁਣ ਪੰਜਾਬ ਦੇ ਲੋਕਾਂ ਦਾ ਪ੍ਰੈਸ਼ਰ ਹੈ ਔਰ ਅਸੀਂ ਇਹਨੂੰ ਖਤਮ ਕਰਨਾ। ਪ੍ਰੈਸ਼ਰ ਕਿੱਥੋਂ ਸ਼ੁਰੂ ਹੁੰਦਾ? ਪ੍ਰੈਸ਼ਰ ਤੁਹਾਡੇ ਤੋਂ ਹੀ ਸ਼ੁਰੂ ਹੁੰਦਾ ਜਦ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ, ਆਪਣੇ ਰਿਸ਼ਤੇਦਾਰਾਂ ਨੂੰ ਜਾਂ ਫਿਰ ਆਪਣੇ ਪਰਿਵਾਰ ਦੇ ਜੀਆਂ ਨੂੰ ਤੁਸੀਂ ਫੋਨ ਕਰਕੇ ਅਜਿਹੀਆਂ ਗੱਲਾਂ ਸਮਝਾਉਂਦੇ ਹੋ, ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲਦਾ, ਉਹ ਜਾ ਕੇ ਆਪਣੇ MLA ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰਨ, MLA ਆਪਣੇ MP ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰੇ। ਇੱਕ ਕਿੱਥੇ ਨਾ ਕਿੱਥੇ ਜਿਹੜਾ ਪ੍ਰੈਸ਼ਰ ਜਦ ਕ੍ਰੀਏਟ ਹੁੰਦਾ ਤਾਂ ਆਵਾਜ਼ ਪਹੁੰਚਦੀ ਹੈ। ਐਜ਼ ਐਨ ਮੀਡੀਆ ਹਾਊਸ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾਏ, ਤਾਂ ਕਿ ਘੱਟ ਤੋਂ ਘੱਟ ਇਹ ਡਾਇਲੋਗ ਤਾਂ ਮੰਨੇ, ਜਦ ਤੱਕ ਵਿਚਾਰ ਵਟਾਂਦਰਾ ਹੋਏਗਾ ਹੀ ਨਹੀਂ, ਡਾਇਲੋਗ ਹੋਏਗਾ ਹੀ ਨਹੀਂ, ਤਾਂ ਅਸੀਂ ਕਿਵੇਂ ਮੰਨ ਸਕਦੇ ਹਾਂ ਕਿ ਇਸ ਹੱਲ ਦਾ ਨਿਪਟਾਰਾ ਹੋ ਸਕਦਾ ਹੈ? ਔਰ ਤੁਸੀਂ ਚਾਹੁੰਦੇ ਹੋ ਕਿ ਜੇਕਰ ਇਸ ਹੱਲ ਇਸ ਸਾਰੀਆਂ ਗੱਲਾਂ ਦਾ ਨਿਪਟਾਰਾ ਹੈ, ਤਾਂ ਤੁਸੀਂ ਮੈਂ ਤੁਹਾਨੂੰ ਦਰਖਾਸਤ ਕਰ ਰਿਹਾ ਕਿ ਤੁਸੀਂ ਈਮੇਲ ID ਦੇ ਉੱਤੇ ਸਾਨੂੰ ਮੇਲ ਕਰੋ ਔਰ ਆਪਣੀ ਵੀ ਗੱਲ ਤੁਸੀਂ ਸਾਡੇ ਨਾਲ ਸਾਂਝਾ ਕਰੋ, ਤਾਂ ਕਿ ਅਸੀਂ ਤੁਹਾਨੂੰ ਰਿਵਰਟ ਬੈਕ ਕਰਕੇ ਤੁਹਾਡੇ ਤੋਂ ਜਾਣਕਾਰੀ ਵੀ ਲੈ ਸਕੀਏ ਔਰ ਤੁਹਾਡੇ ਜਿਹੜੇ ਸੁਜੈਸ਼ਨਸ ਨੇ ਉਹ ਲੈ ਸਕੀਏ। harkirat@justbroadcasting.com ਦੇ ਉੱਤੇ, info@justbroadcasting.com ਦੇ ਉੱਤੇ ਕਾਲਸ ਮੈਨੂੰ ਲਗਾਤਾਰ ਆ ਰਹੀਆਂ ਹਨ, ਲੇਕਿਨ ਸਮਾਂ ਮੇਰੇ ਕੋਲ ਹੈਗਾ ਨਹੀਂ ਜਿਹੜੀਆਂ ਕਾਲਸ ਮੈਂ ਲੈ ਸਕਦਾ, ਇੱਕ ਦੋ ਮਿੰਟਾਂ ਦੇ ਅੰਦਰ ਮੈਂ ਜ਼ਰੂਰ ਲਵਾਂਗਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬੋਲ ਰਿਹਾ ਜੀ। ਕੀ ਕਹਿਣਾ ਚਾਹੋਗੇ? ਮੈਂ ਮਨਜੀਤ ਸਿੰਘ, ਮੇਰਾ ਨਾਮ ਹੈ ਜੀ ਮਨਜੀਤ ਸਿੰਘ। ਵੀ ਆਪਣੇ ਮੈਂ ਸੋਚਦਾ ਵੀ ਆਪਾਂ ਗਲਤ ਪਾਸੇ ਨਹੀਂ ਘੁੰਮ ਰਹੇ ਜੀ, ਵੀ ਇਹ ਜਿਹੜੇ ਮੁੱਦੇ ਆ ਡਰੱਗ ਦੇ ਜਾਂ ਕਿੱਦਾਂ ਨੀ, ਵੀ ਅਸਿਊਮ ਕਿਸ ਬੰਦੇ ਨੇ ਕੀਤੇ ਆ ਜੀ, ਇਹ ਕਾਹਦੇ ਵਾਸਤੇ ਕੀਤੇ ਗਏ ਨੇ? ਤਾਂ ਦੂਸਰਾ ਗੱਲ ਇਹ ਆ ਵੀ ਤੁਸੀਂ ਇਹ ਨੀ ਸੋਚਦੇ ਕਿ ਡਾਈਵਰਸ਼ਨ ਹੈਗੀ ਆ ਸਾਡੇ ਸਿੱਖਾਂ ਵਾਸਤੇ, ਤੇ ਜਿਹੜੇ ਇਹਨਾਂ ਚੀਜ਼ਾਂ ਤੇ ਉਲਝੇ ਰਹਿਣ ਤੇ ਜਿਹੜੀ ਆਪਣੀ ਅਸਲੀਅਤ ਆ ਭੁੱਲੇ ਜਾਣ ਜੀ ਜੀ, ਤੇ ਉਹਨਾਂ ਬੰਦਿਆਂ ਨੂੰ ਇਹ ਪੁੱਛੋ ਵੀ ਇਹ ਜਿਹੜੇ ਡਰੱਗ ਆ ਇਹ ਖਾਣ ਵਾਲਿਆਂ ਦੀ ਮਜਬੂਰੀ ਆ ਜਾਂ ਉਹਨਾਂ ਨੂੰ ਦੇਣ ਵਾਲਿਆਂ ਦੀ ਮਜਬੂਰੀ ਆ ਜੀ ਜੀ? ਤਾਂ ਉਹ ਪਹਿਲੀ ਗੱਲ ਇਹ ਆ ਵੀ ਉਹਨਾਂ ਬੰਦਿਆਂ ਨੂੰ ਇਹ ਪੁੱਛੋ ਕਿ ਸਾਡੇ ਪੰਜਾਬ ਦੇ ਵਿੱਚ ਜੀ, ਸਾਡਾ ਪੰਜਾਬ ਮਹਾਂ ਪੰਜਾਬ ਸੀਗਾ ਜੀ ਜੀ, ਜਿਹਦੇ ਟੁਕੜੇ ਕੀਤੇ ਗਏ ਆ, ਵਾਰ ਵਾਰ ਟੁਕੜੇ ਹੋ ਰਹੇ ਆ ਜੀ, ਹੁਣ ਵੀ ਟੁਕੜੇ ਹੋ ਰਹੇ ਆ ਜੀ, ਉਹ ਟੁਕੜੇ ਕਰਨ ਵਾਲੇ ਕੌਣ ਨੇ ਜੀ? ਪਹਿਲਾ ਮੁੱਦਾ ਸਾਡਾ ਇਹ ਹੋਣਾ ਚਾਹੀਦਾ ਵੀ ਸਾਡੇ ਪੰਜਾਬ ਦੇ ਟੁਕੜੇ ਕਰਨ ਵਾਲੇ ਕੌਣ? ਬਿਲਕੁਲ, ਮੈਂ ਇਸ ਗੱਲ ਤੋਂ ਤੁਹਾਡੇ ਸਹਿਮਤ ਕਰਦਾ ਕਿ ਜਿਹੜੇ ਵੰਡ ਪਾ ਰਹੇ ਨੇ ਉਹ ਕੌਣ ਨੇ, ਉਹਨਾਂ ਨੂੰ ਵੀ ਪਬਲਿਕਲੀ ਸਾਹਮਣੇ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਹੈ। ਹੋਰ ਵੀ ਕਾਲਰ ਨੇ, ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕਿੱਥੋਂ ਬੋਲ ਰਹੇ ਹੋ? ਕੀ ਕਹਿਣਾ ਚਾਹੋਗੇ? ਮੈਂ ਗੱਲ ਕਰਨੀ ਸੀ ਭਾਜੀ ਹੋਣਾ ਨਾਲ ਤੇ ਆਪਣੇ ਪੰਜਾਬ ਵਾਲੇ ਜੀ। ਜੀ ਮੈਂ ਬੋਲ ਰਿਹਾ ਜੀ, ਦੱਸੋ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਹੈਗਾ ਭਾਜੀ ਨੇ ਦਾ ਸ਼ੋਅ ਦੇਦਾ ਹੈਗਾ ਲਾਈਵ ਸ਼ੋਅ ਜੀ, ਤੇ ਗੱਲ ਕਰਦੇ ਸੀਗੇ ਆਪਾਂ ਪੰਜਾਬ ਦੀ, ਤੇ ਪੰਜਾਬ 'ਚ ਪ੍ਰੋਬਲਮ ਇਹ ਸੀਗੀ ਜੇ ਹੁਣ ਆਪਾਂ ਸਾਰੇ ਕਹਿੰਦੇ ਇੱਥੋਂ ਬੈਠੇ ਆਪਾਂ ਫੋਨ ਕਰਦੇ ਉੱਥੇ ਜਿਹੜੀ ਆਪਣੀ ਗੌਰਮੈਂਟ ਆ ਜੀ ਜੀ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਪਣੇ ਪੰਜਾਬ ਪੁਲਿਸ ਆ ਇੱਥੇ ਜੀ ਜੀ ਜੀ, ਜੇ ਆਪਾਂ ਪੰਜਾਬ ਪੁਲਿਸ ਦਾ ਹੁਣ ਦੇਖੋ ਇੱਥੇ ਆਉਣਾ ਆਪਣੇ ਸਰਵਿਸ ਕਰਦੀ ਪੁਲਿਸ ਸਰਵਿਸ ਕਰਦੀ ਕੈਨੇਡਾ ਅਮਰੀਕਾ ਸਾਰੇ
ਸਰਵਿਸ ਕਰਦੇ ਆ। ਜੀ ਜੀ ਬਿਲਕੁਲ, ਬਹੁਤ ਲੋੜ ਹੈਗੀ ਹੈ ਕਿ ਪਹਿਲੇ ਅਸੀਂ ਆਪਣੇ ਸਿਸਟਮ ਨੂੰ ਸੁਧਾਰ ਲਈਏ, ਉਸ ਤੋਂ ਬਾਅਦ ਅਸੀਂ ਆਪਣੀ ਗੱਲ ਨੂੰ ਰੱਖੀਏ। ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਕਾਲ ਕੀਤਾ ਔਰ ਆਪਣੀ ਗੱਲ ਸਾਡੇ ਨਾਲ ਸਾਂਝਾ ਕੀਤੀ। ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਸਮਾਂ ਹੁੰਦਾ ਤਾਂ ਮੈਂ ਤੁਹਾਡੇ ਵਿਚਾਰ ਹੋਰ ਵੀ ਜਾਣਨ ਦੀ ਕੋਸ਼ਿਸ਼ ਕਰਦਾ। ਜੇਕਰ ਤੁਸੀਂ ਕੁਝ ਵਿਚਾਰ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ info@harkirat.com harkirat@justbroadcasting.com ਦੇ ਉੱਤੇ ਤੁਸੀਂ ਮੇਲ ਕਰਕੇ ਮੈਨੂੰ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਔਰ ਅਸੀਂ ਇਸ ਮੁਹਿੰਮ ਨੂੰ ਜਾਰੀ ਰੱਖਾਂਗੇ। ਇਹਦੇ ਉੱਤੇ ਅਪਡੇਟ ਤੁਹਾਨੂੰ ਆਉਣ ਵਾਲੇ ਮੁੱਦਿਆਂ ਦੇ ਵਿੱਚ ਦਿੰਦੇ ਰਹਾਂਗੇ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ। ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।